ਅੱਜ ਸਾਡੇ ਨਾਲ ਹਨ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਚਿਕਿਤਸਕ ਡਾਕਟਰ ਨਵਦੀਪ ਸ਼ਰਮਾ, ਜਿਨ੍ਹਾਂ ਦੇ ਯੋਗਦਾਨ ਨਾਲ ਵਿਸ਼ਵ ਭਰ ਵਿੱਚ ਕਿਡਨੀ, ਹੈਪੇਟਾਈਟਿਸ, HIV ਅਤੇ ਕਈ ਹੋਰ ਖਤਰਨਾਕ ਬਿਮਾਰੀਆਂ ਨਾਲ ਲੜ ਰਹੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਨਾਲ ਲੜਨ ਦੀ ਉਮੀਦ ਮਿਲੀ ਅਤੇ ਲੱਖਾਂ ਲੋਕ ਇਹਨਾਂ ਲਾਇਲਾਜ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਹ ਇੱਕ ਪੰਚਕਰਮਾ ਆਯੁਰਵੇਦ ਦੀ ਅਜਿਹੀ ਚਿਕਿਤਸਾ ਹੈ ਜਿਸ ਨੂੰ ਸ਼ੋਧਨ ਚਿਕਿਤਸਾ ਵੀ ਕਿਹਾ ਜਾਂਦਾ ਹੈ, ਜਿਸ ਚਿਕਿਤਸਾ ਨਾਲ ਸਰੀਰ ਵਿੱਚੋਂ ਦੋਸ਼ਾਂ ਤੇ ਰੋਗਾਂ ਨੂੰ ਜੜ ਤੋਂ ਕੱਟਿਆ ਜਾਂਦਾ ਹੈ। ਇਸ ਵਿੱਚ ਸਾਡੇ ਦਿੱਲੀ ਸਥਿਤ ਡਾਕਟਰ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਹੇ ਲੋਟਸ ਪੰਚਕਰਮਾ ਸੈਂਟਰ ਵਿੱਚ ਹੇਠ ਲਿਖੇ ਵਿਸ਼ਿਆਂ ਨਾਲ ਇਹਨਾਂ ਖਤਰਨਾਕ ਬਿਮਾਰੀਆਂ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਡੇ ਸ਼ੋ ਹੈਲਥ ਪਲੱਸ ਤੇ ਮੈਂ ਹਾਂ ਤੁਹਾਡੇ ਨਾਲ ਪ੍ਰੀਤ। ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਸ਼ੋ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੀ ਹੈਲਥ ਦੀ ਕਿ ਪ੍ਰੋਪਰ ਤਰੀਕੇ ਦੇ ਨਾਲ ਕਿਸ ਤਰ੍ਹਾਂ ਤੁਸੀਂ ਟ੍ਰੀਟਮੈਂਟ ਹਾਸਲ ਕਰ ਸਕਦੇ ਹੋ, ਤੇ ਅੱਜ ਤੁਹਾਡੀ ਹੈਲਥ ਨੂੰ ਲੈ ਕੇ ਜੋ ਟਿਪਸ ਦੇਣਗੇ ਜਾਂ ਕਿਸੇ ਨਾ ਕਿਸੇ ਅਸੀਂ ਬਿਮਾਰੀ ਬਾਰੇ ਡਿਸਕਸ ਕਰਾਂਗੇ ਤੇ ਸਾਰੀ ਇਨਫੋਰਮੇਸ਼ਨ ਸਾਨੂੰ ਦੇਣਗੇ ਜੀ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ ਨੇ। ਆਯੁਰਵੇਦ ਤਰੀਕੇ ਦੇ ਨਾਲ ਹਰ ਬਿਮਾਰੀ ਦਾ ਉਹ ਇਲਾਜ ਕਰਦੇ ਨੇ। ਕਰੀਬ ਕਰੀਬ 21 ਸਾਲ ਉਹਨਾਂ ਨੂੰ ਹੋ ਗਏ ਨੇ, ਅਲੱਗ ਅਲੱਗ ਜਗ੍ਹਾ 'ਤੇ ਉਹਨਾਂ ਦੇ ਸੈਂਟਰਸ ਨੇ, 31 ਸੈਂਟਰਸ ਨੇ, 21 ਸਾਲਾਂ ਤੋਂ ਟ੍ਰੀਟਮੈਂਟ ਕੀਤੇ ਜਾ ਰਹੇ, ਇਨਡੋਰ ਆਊਟਡੋਰ ਹਰ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ, ਹਰ ਬਿਮਾਰੀ ਦਾ ਟ੍ਰੀਟਮੈਂਟ ਕੀਤਾ ਜਾਂਦਾ। ਸਟਾਰ ਦੇ ਵਿੱਚ ਦੱਸਦਾ ਕਿ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਸ਼ੋਅ ਚੱਲ ਰਿਹਾ, ਤੁਸੀਂ ਹੁਣ ਵੀ ਨਾਲ ਦੀ ਨਾਲ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸ਼ੋਅ ਤੋਂ ਬਾਅਦ ਵੀ ਕਿਸੇ ਵੇਲੇ ਵੀ 24/7 ਇਹ ਨੰਬਰ ਅਵੇਲੇਬਲ ਹੈਗੇ ਨੇ, ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੇਕਰ ਕੋਈ ਇੰਡੀਆ ਦੇ ਵਿੱਚ ਤੁਹਾਡੇ ਕੋਈ ਰਿਲੇਟਿਵ ਨੂੰ ਕੋਈ ਪ੍ਰੋਬਲਮ ਹੈਗੀ, ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਸੈਂਟਰਸ ਨੇ, ਉਹਨਾਂ ਦੇ ਐਡਰੈਸ ਲੈ ਸਕਦੇ ਹੋ, ਉੱਥੇ ਵਿਜ਼ਿਟ ਕਰ ਸਕਦੇ ਹੋ। ਬਾਕੀ ਜੇਕਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ, ਇੱਕ ਵਾਰੀ ਕਾਲ ਕਰਕੇ ਡਿਸਕਸ ਜ਼ਰੂਰ ਕਰੋ ਆਪਣੀ ਪ੍ਰੋਬਲਮ ਨੂੰ, ਉੱਥੇ ਬੈਠੇ ਵੀ ਤੁਹਾਨੂੰ ਟ੍ਰੀਟਮੈਂਟ ਜਿਹੜਾ ਉਹ ਤੁਹਾਡੀ ਪ੍ਰੋਬਲਮ ਦਾ ਦੱਸ ਦਿੱਤਾ ਜਾਏਗਾ। ਬਾਕੀ ਜਿਹੜੇ USA ਦੇ ਸਾਡੇ ਵਿਊਅਰਸ ਨੇ, ਉਹਨਾਂ ਦੇ ਲਈ ਗੁੱਡ ਨਿਊਜ਼ ਹੈ, USA ਦੇ ਵਿੱਚ ਇਹਨਾਂ ਦੇ ਸੈਂਟਰਸ ਨੇ, ਕੈਲੀਫੋਰਨੀਆ ਦੇ ਵਿੱਚ, ਐਰੀਜ਼ੋਨਾ ਦੇ ਵਿੱਚ, ਨਿਊਯਾਰਕ ਦੇ ਵਿੱਚ, ਸਿਆਟਲ ਦੇ ਵਿੱਚ ਹੈ। ਇਹਨਾਂ ਦੇ ਐਡਰੈਸ ਤੁਸੀਂ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ। ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਅਸੀਂ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਕਿਡਨੀ ਦੀ, ਜਿਵੇਂ ਕਿ ਅਸੀਂ ਲਾਸਟ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ, ਹੁਣ ਸਾਨੂੰ ਬਹੁਤ ਸਾਰੀ ਇਨਕੁਆਇਰੀਜ਼ ਆਈਆਂ ਪੇਸ਼ੈਂਟ ਦੀਆਂ। ਉਹ ਕਹਿੰਦੇ ਕਿ ਕਾਲਾ ਪੀਲੀਆ ਦੀ ਜਿਹੜੀ ਬਿਮਾਰੀ ਬਹੁਤ ਅੱਜ ਦੇ ਟਾਈਮ ਦੇ ਵਿੱਚ ਚੱਲੀ ਹੋਈ ਹੈ, ਇਸ ਬਾਰੇ ਅਸੀਂ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਆਊਟਡੋਰ ਅਤੇ ਇਨਡੋਰ ਤੁਹਾਡੀ ਸਾਰੇ ਤਰ੍ਹਾਂ ਦੇ ਟ੍ਰੀਟਮੈਂਟ ਜਿਹੜੇ ਕੀਤੇ ਜਾਂਦੇ ਨੇ, ਜਿਵੇਂ ਕਿ ਇਨਡੋਰ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਦੱਸ ਦਈਏ ਕਿ ਤੁਸੀਂ ਇਹਨਾਂ ਦੇ ਸੈਂਟਰਸ ਦੇ ਵਿੱਚ ਰਹਿ ਕੇ ਵੀ ਉੱਥੇ ਐਡਮਿਟ ਹੋ ਕੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਟ੍ਰੀਟਮੈਂਟ ਆਯੁਰਵੇਦ ਤਰੀਕੇ ਦੇ ਨਾਲ ਕੀਤਾ ਜਾਏਗਾ। ਸੋ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਪ੍ਰੋਬਲਮ ਜ਼ਿਆਦਾ ਵੱਧ ਗਈ ਹੈ, ਇੰਡੀਆ ਦੇ ਵਿੱਚ ਤੁਸੀਂ ਵਿਜ਼ਿਟ ਕਰ ਰਹੇ ਹੋ ਜਾਂ ਤੁਹਾਡਾ ਕੋਈ ਰਿਲੇਟਿਵ ਇੱਥੇ ਹੈਗਾ, ਤਾਂ ਇਨਡੋਰ ਟ੍ਰੀਟਮੈਂਟ ਵੀ ਤੁਸੀਂ ਹਾਸਿਲ ਕਰ ਸਕਦੇ ਹੋ। ਸੋ ਸਰ, ਇਨਡੋਰ ਟ੍ਰੀਟਮੈਂਟ ਦੇ ਵਿੱਚ ਕੀ ਜਿਹੜੀਆਂ ਫੈਸਿਲਿਟੀਜ਼ ਸਾਡੇ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਨੇ ਜਾਂ ਕਿੱਦਾਂ ਦੇ ਟ੍ਰੀਟਮੈਂਟ ਜਿਹੜੇ ਕੀਤੇ ਜਾਂਦੇ ਨੇ? ਦੇਖੋ, ਆਪਾਂ ਅਗਰ ਆਯੁਰਵੇਦ ਦੀ ਗੱਲ ਕਰਦੇ ਹਾਂ ਤਾਂ ਆਯੁਰਵੇਦ 'ਚ ਸ਼ਮਨ ਚਿਕਿਤਸਾ ਅਤੇ ਸ਼ੋਧਨ ਚਿਕਿਤਸਾ ਦੋ ਪ੍ਰਕਾਰ ਦੇ ਟ੍ਰੀਟਮੈਂਟ ਦੱਸੇ ਜਾਂਦੇ ਨੇ। ਸ਼ਮਨ ਚਿਕਿਤਸਾ ਉਹ ਇਲਾਜ ਹੈ ਜਿਹਦੇ 'ਚ ਕਿ ਆਪਾਂ ਇੱਕ ਪੇਸ਼ੈਂਟ ਨੂੰ ਦਵਾਈਆਂ ਖਵਾ ਕੇ ਠੀਕ ਕਰੀਦਾ ਵੈ। ਸ਼ੋਧਨ ਚਿਕਿਤਸਾ ਆਯੁਰਵੇਦ 'ਚ ਜਿਸ ਤਰ੍ਹਾਂ ਐਲੋਪੈਥੀ 'ਚ ਸਰਜਰੀ ਆ, ਉਸ ਤਰ੍ਹਾਂ ਦਾ ਟ੍ਰੀਟਮੈਂਟ ਹੈ ਜਿਹਦੇ 'ਚ ਕਿ ਸਰੀਰ ਦੇ ਅੰਦਰ ਜਿਹੜਾ ਬਹੁਤ ਡਿਜ਼ੀਜ਼ ਵੱਧ ਗਿਆ ਵੈ, ਉਹਨੂੰ ਪੰਚਕਰਮਾ ਦੇ ਰਾਹੀਂ, ਨੈਚੁਰੋਪੈਥੀ ਦੇ ਪ੍ਰੋਸੀਜਰਸ ਦੇ ਰਾਹੀਂ ਸਰੀਰ 'ਚੋਂ ਟੋਕਸਿਨਸ ਨੂੰ ਬਾਹਰ ਕੱਢਿਆ ਜਾਂਦਾ ਵੈ। ਸਾਡਾ ਜਿਹੜਾ ਇਨਡੋਰ ਸੈਂਟਰ ਹੈ, ਕਾਫੀ ਇੱਕ
क्रिटिकल ट्रीटमेंट देने वाला सेंटर है वो दिल्ली के अंदर है जिद कि पेशेंट नू देवे पाशे युक्ति पाशे ते सत्वा वजे तीन प्रकार के इलाज आयुर्वेद कहे गए हैं देवे पाशे अर्थात आप जिद परमात्मा का ध्यान करके सब प्रकार के हवन यज्ञ मालक की उस्तत हर प्रकार के जड़े गॉडली बेनीफिट्स ने उन्होंने ध्यान रखते हुए आप जो ट्रीटमेंट करवाने इसे करके साढ़े जिन्हें भी इनडोर सेंटर्स ने खास तौर पर साढ़ा जो दिल्ली वाला इनडोर सेंटर है उत्थे स्पिरिचुअलिटी सेंटर भी है जिते हर धर्म के लोग जोड़े ने वह मालक का ध्यान भी करते हैं इलाज करवा लगे हैं जिन्हों कि उन्होंने बड़ा अच्छा मोराल बूस्टिंग मिलता वै उन्हों का मनोबल उच्चा होंगे वै एक गंभीर बीमारी लड़न से उन्होंने लाभ मिलता है। इस तो बाद आ जाती है शोधन चिकित्सा। शोधन चिकित्सा मतलब शरीर चो टॉक्सिनस नूं कढ़ना। पंचकर्मा एक मेन अज की डेट कॉमन वर्ड है दुनिया भर तो लोग साढ़े को पंचकर्मा करवा उत्थे आते हैं और थैरापेटिक प्रोसीजर्स पंचकर्मा के फॉलो करवाने साढ़े को प्रॉपर MD डॉक्टर्स ने जेडे कि वमन विरेचन स्नेहन स्वेदन और भी कई प्रकार दियाँ पंचकर्मा जीडिया विधियां ने उन्होंने राही शरीर के दोषा कटते हैं। हम डायबिटिक फूड के पेशेंट साढ़े को आए हैं उन्हें आप जोंक लगा के लीच थैरेपी के नाल उन्हों का डायबिटिक फूड ठीक करते हैं। यहो जी बड़िया विधियां ने जिड़िया आप उत्थे करते हैं ऐसे पेशेंट्स वास्ते जिन्हों के वास्ते घर बह के इलाज करवाना औखा हो गया। मान लो अज एक पेशेंट डिप्रैशन का वै वो पूरी फैमिली के वास्ते बड़ी प्रॉब्लम हो जाती है कि डिप्रैशन सवेयर हो जाए उन्होंने दवाई खवाना तक औखा हो जाता है। अगर किसी को पार्किंसंस डिजीज़ हो गया वै यह जी बड़िया क्रिटिकल डिजीज़ ने जिन्हों का मैं अगे आने वाले एपीसोड से डिटेल से डिस्कशन भी करांगा बट हुणे क्योंकि आप इनडोर की गल की है तो दसना चाहवागा कि इन्हां सारे रोगों वास्ते इनडोर ट्रीटमेंट बड़ा ही वधिया काम करता है जिद पेशेंट साढ़े को बड़ा मेजर रोग लैके आता है लेकिन जो साढ़े सेंटर तो उन्होंने आप भेजते हैं तो काफ़ी हद तक मालक की दया ठीक होकर जाता है। जी बिल्कुल जी जिवें दसिया आउटडोर ट्रीटमेंट तो किया ही जाता है इनडोर ट्रीटमेंट भी किया जाता है जिवें इन्होंने दसिया कि अलग अलग तरह के उत्थे तुहानू ट्रीटमेंट दिते जाते हैं। सो इनडोर ट्रीटमेंट की असी गल की हैगी तो इनडोर के जेडे खास करके ऑब्वियस है कि जिन्होंने बहुत ज़्यादा क्रिटिकल डिसीज़ हो पेशेंट आते हो सो कि डिसीज़ जड़िया जो पेशेंट न लग जाए तो लगता कि उन्होंने इनडोर ट्रीटमेंट लै लेना चाहिए। हम देखो साढ़े को इनडोर ट्रीटमेंट वास्ते दोनों ही तरह के लोग आते हैं वो लोग भी आते हैं जिन्होंने बहुत गंभीर रोग हो चुके हैं तो वो लोग भी आते हैं जिहड़े चाहते हैं कि रोग तो नॉर्मल ही है लेकिन आप दिनों च उपचार चाहते हैं क्योंकि इनडोर ट्रीटमेंट जिहड़ा वै और नॉर्मल मेडिसिनल ट्रीटमेंट के नालों बहुत तेजी नाल काम करता है। इस करके अगर मैं कॉमन बीमारियों की गल करा तो पार्किंसंस के पेशेंट अगर सिंपल बीमारी की गल करा पार्किंसोनिज्म एक डिजीज़ दे पेशेंट के हाथ पैर कंबदे रहिंदे ने दैन पैरालिसिस के पेशेंट्स माइग्रेन के पेशेंट्स कैंसर के पेशेंट्स किडनी फेलियर के पेशेंट्स इस तो इलावा अगर मैं गल करा तो क्रोनिक डिप्रैशन के पेशेंट ऑब्सैसिव कंपल्सिव डिसऑर्डर के पेशेंट डायबिटिक फूड के पेशेंट ऐ तो हो गए डिजीज़। इस तो इलावा वो लोग जिन्होंने बीमारी नहीं है लेकिन वो चाहते हैं कि हाँ आप अपने आप को हैल्दी रखना चाहते हैं वो सारे लोग भी यहोजे लोग साढ़े को इनडोर ट्रीटमेंट वास्ते रेगुलरली विजिट करते हैं। जी सो बिल्कुल जी कई बार चलो कोई क्रिटिकल डिसीज़ हो गई कोई बीमारी इन्नी वध गई हैगी है तद तो थोड़ा इनडोर लेना चाहिए। मेरे ख्याल नॉर्मल भी आप कही है कि जेकर सानू लगता हैगा कि थोड़ी जी बीमारी साड़ी वध रही हैगी है तद भी इनडोर ट्रीटमेंट तुसी लै लोगे तो ज़्यादा वधिया रहेगा क्योंकि आउटडोर दे नाल सानू हुंदा कि काफ़ी टाइम लग जाता हैगा इनडोर ट्रीटमेंट दे विच जिवें दस्सिया कि अलग अलग तरह के इलाज जिहड़े कीते जांदे ने स्पैशलिस्ट उत्थे बैठे ने कुछ ही दिनों दे विच जिहड़ा तुहाडा ट्रीटमेंट सही तरीके दे नाल कर दिता जाए ते तुसीं जदों बाहर निकलोगे तुसीं खुद ही फर्क महसूस करोगे कि मैं हुण प्रॉपर तरीके दे नाल जिहड़ी बीमारी मैनूं लगदा सी कि मेरी ठीक नहीं हो सकदी वह कुछ ही दिनों के ठीक कर दी गई है। सो ये असी गल की कि इनडोर तो आउटडोर ट्रीटमेंट की पर अज जिमें कि मैं स्टार्ट के दसिया है कि बहुत सारी इंक्वायरीज भी आई हैं सानू अज असी गल करांगे काला पीलिया लैके काला पीलिया की प्रॉब्लम अज के टाइम के काफ़ी ज़्यादा बढ़ती जा रही है की प्रॉब्लम ने की सिमटम्स ने आयुर्वेद तरीके किस तरह यदा ट्रीटमेंट संभव हैगा ये सारी डिस्कशन होएगी। सो सर जिमें कि काला पीलिया की गल हो रही है अज के टाइम के वाकई ही प्रॉब्लम बहुत बढ़ गई है रीज़न की होंगे देखो हैपेटाइटिस जिन्हों की आम तौर पर आप काला पीलिया कह दें हैपेटाइटिस कई तरह का वै हैपेटाइटिस ए है कॉमन की मैं गल कर रहा हैपेटाइटिस बी है हैपेटाइटिस सी है डी है सब तो कॉमन हैपेटाइटिस बी ते सी ने अलग अलग रीजनस ने इन्हों के स्प्रैड करन दे अज आप हैपेटाइटिस बी की गल करांगे जिहड़ा कि सब तो कॉमन फैलिया होया वै जिन्हों की आम तौर पर लोग काला पीलिया कहें हैपेटाइटिस बी
एक हैपेटाइटिस पॉजिटिव परसन के दूसरे हैपेटाइटिस पॉजिटिव परसन के नाल अगर ब्लड कॉन्टैक्ट आता है सैक्सुअल कॉन्टैक्ट हुंदा वै उहदे नाल फैल सकता वै ज़्यादा करके इस तरीके नाल फैलता वै। इस तो इलावा इनफेक्टेड रेजर्स दे नाल अगर एक मेल शेव करवाण गया वै टैटूज बनवाण वास्ते कई वारी इनफेक्टेड नीडल्स का इस्तेमाल कर लिया जाता वै। डिलीवरी के दौरान अगर प्रॉपर डिसइनफेक्शन ना की जाए फीमेल्स में हो जाता वै। कोई डायलिसिस करवा रहा पेशेंट है किडनी का, अगर कोई पहला पेशेंट ऐसा डायलिसिस करवा के गया जिन्हों हैपेटाइटिस सी जिहड़ा अगला पेशेंट उन्हों भी हैपेटाइटिस हो जाता वै। इहो जिहे कई रीजनस ने जिन्हां दे करके पेशेंट हैपेटाइटिस पॉजिटिव हो जाता वै। लेकिन सब तो मेजर चीज़ जिहड़ी जानन वाली इत्थे है वै ओह है वै कि हैपेटाइटिस पॉजिटिव हो जाना कुछ होर है और हैपेटाइटिस हो जाना कुछ होर है। देखो बॉडी च जदों साडे वायरस चले गया जिहड़ा कि कल नूं साडे लीवर नूं डैमेज कर सकदा वै इहदा मतलब आपां हैपेटाइटिस पॉजिटिव हो गए। लेकिन दुख दी गल इत्थे है वै कि जदों एक पेशेंट पहली बारी हैपेटाइटिस पॉजिटिव आंदा वै ते डॉक्टर दे कोल जांदा वै डॉक्टर नूं पूरी तरह दे नाल डरा दिंदा वै कि देखो तुसीं ते हैपेटाइटिस पॉजिटिव हो गए हो कल नूं इहने तुहाडे लीवर नूं पूरी तरह नाल खराब कर देना वै। मेजोरिटी पेशेंट जिहड़े साडे कोल हैपेटाइटिस दा इलाज करन आंदे ने बहुत डरे होए हुंदे ने। इत्थे सानूं इह गल याद रखण दी लोड़ है कि जे शरीर 'च वायरस चले भी गया वै तो कोई जरूरी नहीं है कि उन्हें लीवर खराब करना ही करना। बहुत सारे लोग ऐसे भी होंगे ने जिन्हों के केस चो वायरस पिया रहा वै शरीर से तो कुछ भी नहीं कहता। इस करके हैपेटाइटिस पॉजिटिव हो गए हो अगर तुसी इहदा मतलब है नहीं कि तुहानू हैपेटाइटिस हो गया वै। इस करके घबराओ ना, बाकी शरीर से वायरस गया वै इहनू शरीर से रखे रहने का भी कोई फायदा नहीं, कल नू डिवाइड करेगा वधेगा किसी स्टेज पर जाके लीवर नू डैमेज भी कर सकता वै। इस करके आयुर्वेद के राही ਆਪਾਂ ਇਸ ਵਾਇਰਸ ਨੂੰ ਹੌਲੀ ਹੌਲੀ ਕਰਕੇ ਘਟਾ ਸਕਦੇ ਹਾਂ, ਘਟਾ ਕੇ ਇੱਕ ਸਟੇਜ 'ਤੇ ਤੁਹਾਨੂੰ ਹੈਪੇਟਾਈਟਿਸ ਫਰੀ ਲਾਈਫ ਦੇ ਸਕਦੇ ਹਾਂ ਜੀ। ਸੋ ਬਿਲਕੁਲ ਜੀ, ਹੈਪੇਟਾਈਟਿਸ ਦੀ ਗੱਲ ਹੋ ਰਹੀ ਹੈ ਜਿਵੇਂ ਕਿ ਕਾਲੇ ਪੀਲੀਏ ਦੀ ਅਸੀਂ ਗੱਲ ਕਰ ਰਹੇ, ਕੀ ਸਿਮਟਮਸ ਹੋ ਸਕਦੇ ਬੇਸਿਕਲੀ? ਤੁਸੀਂ ਦੱਸਿਆ ਕਿ ਬਲੱਡ ਜਦੋਂ ਹੋ ਜਾ ਉਹਦੇ ਜਦੋਂ ਅਸੀਂ ਕੋਈ ਵੀ ਸੰਬੰਧ ਹੋ ਜਾਂਦਾ ਜਾਂ ਕੋਈ ਵੀ ਅਸੀਂ ਕਹੀਏ ਤਾਂ ਰੇਜ਼ਰ ਦਾ ਅਸੀਂ ਯੂਜ਼ ਕਰ ਲੈਂਦੇ, ਇੰਜੈਕਸ਼ਨ ਦਾ ਯੂਜ਼ ਕਰ ਲੈਂਦੇ ਹੈਗੇ ਆ, ਅਤੇ ਟਰਾਂਸਫਰ ਹੋ ਜਾਂਦਾ ਜਦੋਂ ਬਲੱਡ, ਅਤੇ ਉਦੋਂ ਸਾਨੂੰ ਇਹ ਵਾਲੀ ਜਿਹੜੀ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ। ਨਾਲ ਦੀ ਨਾਲ ਤੁਸੀਂ ਇਹ ਵੀ ਕਲੀਅਰ ਕਰ ਦਿੱਤਾ ਕਿ ਹੈਪੇਟਾਈਟਿਸ ਹੋ ਗਿਆ ਅਤੇ ਬਾਕੀ ਉਹਦਾ ਵਾਇਰਸ ਸਾਡੇ ਅੰਦਰ ਚਲਾ ਗਿਆ, ਇਹਦਾ ਡਿਫਰੈਂਸ ਲੋਕਾਂ ਨੂੰ ਕਈਆਂ ਨੂੰ ਨਹੀਂ ਪਤਾ ਸੀ, ਉਹ ਵੀ ਕਲੀਅਰ ਕਰ ਦਿੱਤਾ ਗਿਆ। ਪਰ ਇਸ ਪ੍ਰੋਬਲਮ ਦੀ ਆਪਾਂ ਜਦੋਂ ਗੱਲ ਕਰਦੇ ਕਾਲਾ ਪੀਲੀਆ ਦੀ, ਜਿਵੇਂ ਤੁਸੀਂ ਦੱਸਿਆ ਕਿ ਆਯੁਰਵੇਦ ਤਰੀਕੇ ਦੇ ਨਾਲ ਇਹਦਾ ਇਲਾਜ ਤਾਂ ਸੰਭਵ ਹੈਗਾ, ਪਰ ਆਮ ਮੈਂ ਵੀ ਜਿਵੇਂ ਕਿ ਸੁਣਿਆ ਕਿਹਾ ਜਾਂਦਾ ਕਿ ਇਹ ਬਿਮਾਰੀ ਲਾ ਇਲਾਜ ਹੈਗੀ, ਇਹਦਾ ਟ੍ਰੀਟਮੈਂਟ ਹੀ ਨਹੀਂ ਹੋ ਸਕਦਾ, ਇਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰੋ ਕਿਉਂਕਿ ਬਹੁਤ ਸਾਰੀ ਸਾਡੀ ਆਡੀਅੰਸ ਸੁਣ ਰਹੀ ਹੋਣੀ ਆ, ਕਈਆਂ ਦੇ ਆਪਣਿਆਂ ਨੂੰ ਕੋਈ ਨਾ ਕੋਈ ਇੱਦਾਂ ਦੀ ਪ੍ਰੋਬਲਮ ਹੋ ਜਾਏਗੀ ਅਤੇ ਉਹ ਬੰਦੇ ਫਿਰ ਹੱਥ ਜੋੜ ਕੇ ਬਸ ਬੈਠ ਜਾਂਦੇ ਨੇ, ਕਹਿੰਦੇ ਕਿ ਬਸ ਹੁਣ ਦੁਆਈ ਕਰੋ, ਬਸ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਬਚੀ ਹੈਗੀ। ਆਮ ਲੋਕ ਇਹੀ ਸੋਚਣ ਲੱਗ ਪੈਂਦੇ ਨੇ ਕਿ ਹੁਣ ਟ੍ਰੀਟਮੈਂਟ ਹੀ ਨਹੀਂ ਹੋਏਗਾ, ਲਾ ਇਲਾਜ ਹੈ ਜੀ ਡਾਕਟਰਾਂ ਨੇ ਕਿਹਾ। ਦੇਖੋ ਸਭ ਤੋਂ ਪਹਿਲੀ ਚੀਜ਼ ਹੈ ਧਿਆਨ ਰੱਖੋ, ਹੈਪੇਟਾਈਟਿਸ ਲਾ ਇਲਾਜ ਨਹੀਂ ਹੈ। ਹੁਣ ਸਾਡੇ ਕੋਲ ਲੋਕ ਆਉਂਦੇ ਕਦੋਂ ਨੇ? ਦੇਖੋ ਇਹ ਤਾਂ ਰੋਗ ਵੀ ਐਸਾ ਵੈ ਕਿ ਸਰੀਰ 'ਚ ਅਗਰ ਵਾਇਰਸ ਚਲੇ ਵੀ ਗਿਆ ਨਾ, ਜਦੋਂ ਤੱਕਨ ਉਹਨੇ ਲੀਵਰ ਨੂੰ ਡੈਮੇਜ ਨਹੀਂ ਕਰਨਾ, ਕੁਛ ਪਤਾ ਵੀ ਨਹੀਂ ਚੱਲਣਾ ਕਿ ਸਰੀਰ 'ਚ ਵਾਇਰਸ ਗਿਆ ਵੀ ਹੋਇਆ ਵੈ। ਆਮ ਤੌਰ 'ਤੇ ਸਾਡੇ ਕੋਲ ਜਦੋਂ ਪੇਸ਼ੈਂਟਸ ਆਉਂਦੇ ਨੇ ਉਹਨਾਂ ਨੂੰ ਪਤਾ ਹੀ ਕਿਸ ਤਰ੍ਹਾਂ ਚੱਲਿਆ ਹੁੰਦਾ, ਇਮੀਗ੍ਰੇਸ਼ਨ ਦੇ ਟਾਈਮ 'ਤੇ ਬੜੀ ਵਾਰੀ ਲੋਕ ਇਮੀਗ੍ਰੇਟ ਕਰਨ ਦੇ ਵਾਸਤੇ ਜਦੋਂ ਅਪਲਾਈ ਕਰਦੇ ਨੇ ਹੁਣ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਦੌਰਾਨ ਹੈਪੇਟਾਈਟਿਸ ਬੀ ਦਾ ਟੈਸਟ ਕੀਤਾ ਜਾਂਦਾ ਵੈ, ਉਦੋਂ ਉਹਨਾਂ ਨੂੰ ਪਹਿਲੀ ਵਾਰੀ ਪਤਾ ਚੱਲਦਾ ਲਾਈਫ 'ਚ ਕਿ ਮੈਂ ਪੋਜ਼ਿਟਿਵ ਹਾਂ। ਇਸ ਤੋਂ ਇਲਾਵਾ ਪ੍ਰੈਗਨੈਂਸੀ ਤੋਂ ਪਹਿਲੇ ਕਈ ਲੋਕਾਂ ਨੂੰ ਪਤਾ ਚੱਲ ਜਾਂਦਾ ਵੈ, ਕਈ ਲੋਕ ਬਲੱਡ ਡੋਨੇਟ ਕਰਨ ਜਾਂਦੇ ਨੇ, ਗਏ ਤਾਂ ਬਲੱਡ ਡੋਨੇਟ ਕਰਨ ਹੁੰਦੇ ਨੇ, ਉਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਮੈਂ ਹੈਪੇਟਾਈਟਿਸ ਬੀ ਪੋਜ਼ਿਟਿਵ ਹਾਂ। ਕੁਛ ਨੌਕਰੀਆਂ ਦੇ ਅੰਦਰ ਕੁਛ ਗਵਰਨਮੈਂਟ ਜੋਬਸ ਐਸੀਆਂ ਨੇ ਜਿਹਦੇ 'ਚ ਅਗਰ ਆਪਾਂ ਅੱਗੇ ਤਰੱਕੀ ਵਾਸਤੇ ਅਪਲਾਈ ਕਰਨਾ ਵੈ ਦੁਬਾਰਾ ਹੈਪੇਟਾਈਟਿਸ ਬੀ ਦੇ ਟੈਸਟ ਹੁੰਦੇ ਨੇ। ਇਹੋ ਜਿਹੇ ਵਾਈਟਲ ਜੰਕਚਰਸ ਦੇ ਉੱਪਰ ਪੇਸ਼ੈਂਟ ਨੂੰ ਪਤਾ ਚੱਲਦਾ ਕਿ ਯੈਸ ਆਈ ਐਮ ਹੈਪੇਟਾਈਟਿਸ ਪੋਜ਼ਿਟਿਵ। ਹੁਣ ਉਸ ਪੇਸ਼ੈਂਟ ਵਾਸਤੇ ਉਹ ਇੱਕ ਬਹੁਤ ਹੀ ਦੁੱਖਦਾਈ ਗੱਲ ਹੁੰਦੀ ਹੈ। ਉਹਦਾ ਕਾਰਨ ਹੈ ਵੈ, ਅੱਜ ਮੰਨ ਲਓ ਕਿਸੇ ਨੇ ਬਾਹਰ ਜਾਣਾ ਵੈ, ਉਹਨੇ ਆਪਣਾ ਸਾਰਾ ਪੈਸਾ ਜੋੜ ਕੇ ਇੰਤਜ਼ਾਮ ਕੀਤਾ ਬਾਹਰ ਜਾਣ ਦਾ, ਆਲ ਆਫ ਅ ਸਡਨ ਇਫ ਹੀ ਟਰਨਸ ਆਊਟ ਟੂ ਬੀ ਹੈਪੇਟਾਈਟਿਸ ਪੋਜ਼ਿਟਿਵ, ਅਤੇ ਉਹਦੀ ਤਾਂ ਸਾਰੀ ਦੀ ਸਾਰੀ ਮਿਹਨਤ ਵੇਸਟ ਚਲੀ ਜਾਂਦੀ ਹੈ। ਇਸੇ ਲਈ ਆਪਾਂ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਵੈ ਔਰ ਇੱਕ ਉਮੀਦ ਲੈ ਕੇ ਆਉਂਦਾ ਵੈ, ਤਾਂ ਉਹਨੂੰ ਇਹੀ ਕਹੀਦਾ ਵੈ ਕਿ ਰੈਗੂਲਰਲੀ ਅਗਰ ਤੁਸੀਂ ਸਾਡੇ ਕੋਲ ਇਲਾਜ ਕਰਵਾ ਰਹੇ ਹੋ ਤਾਂ ਆਪਣੇ ਟੈਸਟ ਕੰਪੈਰੀਜ਼ਨ ਕਰਦੇ ਰਹੋ। ਦੇਖੋ ਅਗਰ ਆਪਾਂ ਇੱਕ ਹੈਪੇਟਾਈਟਿਸ ਫਰੀ ਲਾਈਫ ਚਾਹੁੰਦੇ ਹਾਂ ਤਾਂ ਦੋ ਕੋਮਨ ਟੈਸਟ ਨੇ ਜਿਹੜੇ ਟੈਸਟਾਂ ਨਾਲ ਆਪਾਂ ਇਹ ਦੇਖ ਸਕਦੇ ਹਾਂ ਕਿ ਹਾਂ ਮੈਨੂੰ ਫਾਇਦਾ ਹੋ ਰਿਹਾ ਕਿਸੇ ਇਲਾਜ ਦਾ। ਉਹਦੇ 'ਚ ਇੱਕ ਟੈਸਟ ਹੈ HBV ਵਾਇਰਲ ਲੋਡ। ਦੇਖੋ ਵਾਇਰਲ ਲੋਡ ਇੱਕ ਐਸਾ ਟੈਸਟ ਹੈ ਜਿਹੜੇ ਐਲੋਪੈਥੀ ਵਾਲੇ ਵੀ ਅਕਸਰ ਕਰਵਾਉਂਦੇ ਨੇ ਪੇਸ਼ੈਂਟ ਦਾ। ਅਗਰ ਵਾਇਰਲ ਲੋਡ ਬਹੁਤ ਥੋੜ੍ਹਾ ਹੋਏ ਤਾਂ ਐਲੋਪੈਥੀ 'ਚ ਪੇਸ਼ੈਂਟ ਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ, ਜਿਹਦਾ ਇੱਕ ਮੇਜਰ ਕਾਰਨ ਹੈ ਐਲੋਪੈਥੀ 'ਚ ਮੰਨਿਆ ਜਾਂਦਾ ਵੈ ਕਿ ਅਗਰ ਇੱਕ ਵਿਅਕਤੀ ਇੱਕ ਵਾਰੀ ਹੈਪੇਟਾਈਟਿਸ ਪੋਜ਼ਿਟਿਵ ਹੋ ਗਿਆ ਵੈ ਉਹ ਨੈਗੇਟਿਵ ਨਹੀਂ ਹੋ ਸਕਦਾ। ਹਾਂ ਕੁਛ ਐਲੋਪੈਥਿਕ ਐਂਟੀਵਾਇਰਲਸ ਨੇ
जिन्हां दे नाल की उहदा वायरल लोड घटाया जा सकता वा। लेकिन वो एंटीवायरल्स ते बॉडी नूं साइड इफेक्ट्स बड़े ने, ऐसे करके जिहड़े सियाने एलोपैथिक डॉक्टर्स ने ਉਹ ਉਹਨਾਂ ਐਂਟੀਵਾਇਰਲਸ ਦਾ ਜਿਹੜਾ ਯੂਜੇਜ ਹੈ ਉਹ ਪੇਸ਼ੈਂਟਸ ਨੂੰ ਉਦੋਂ ਹੀ ਕਰਵਾਉਂਦੇ ਨੇ ਜਦੋਂ ਕਿ ਉਹਦਾ ਵਾਇਰਲ ਲੋਡ ਬੜੀ ਤੇਜ਼ੀ ਨਾਲ ਵੱਧ ਰਿਹਾ ਹੁੰਦਾ ਵਾ। ਇਹੀ ਰੀਜ਼ਨ ਹੈ ਕਿ ਜਿਹੜਾ ਪੇਸ਼ੈਂਟ ਹੈ ਉਹ ਵੇਟ ਕਰਦਾ ਰਹਿੰਦਾ ਵਾ ਕਿ ਹਾਂ ਮੇਰੇ ਸਰੀਰ 'ਚ ਵਾਇਰਸ ਡਿਵਾਈਡ ਕਰੇ ਤਦ ਜਾ ਕੇ ਮੇਰਾ ਕੋਈ ਇਲਾਜ ਸ਼ੁਰੂ ਹੋਏਗਾ, ਜਿਹੜਾ ਕਿ ਗਲਤ ਹੈ। ਅੱਜ ਅਗਰ ਮੰਨ ਲਓ ਇੱਕ ਘਰ ਦੇ ਇੱਕ ਕੋਨੇ 'ਚ ਅੱਗ ਲੱਗ ਜਾਏ ਤਾਂ ਆਪਾਂ ਇੰਤਜ਼ਾਰ ਥੋੜ੍ਹਾ ਨਾ ਕਰਾਂਗੇ ਕਿ ਜਦੋਂ ਸਾਰੀ ਬਿਲਡਿੰਗ ਨੂੰ ਅੱਗ ਫੜ ਲਏਗੀ ਉਦੋਂ ਆਪਾਂ ਜਾ ਕੇ ਉਹਨੂੰ ਅੱਗ ਨੂੰ ਬੁਝਾਉਣਾ ਸ਼ੁਰੂ ਕਰਾਂਗੇ। ਇਸੇ ਤਰੀਕੇ ਦੇ ਨਾਲ ਅੱਜ ਅਗਰ ਸਾਨੂੰ ਪਤਾ ਚੱਲ ਗਿਆ ਵਾ ਕਿ ਸਾਡੀ ਬੋਡੀ 'ਚ ਵਾਇਰਸ ਚਲੇ ਗਿਆ, ਉਹ ਵਾਈ ਟੂ ਵੇਟ ਕਿ ਆਪਾਂ ਵੇਟ ਕਰਾਂਗੇ ਕਿ ਹਾਂ ਅਗਰ ਵਾਇਰਸ ਡਿਵਾਈਡ ਕਰੇਗਾ ਐਕਟਿਵ ਹੋਏਗਾ ਫਿਰ ਆਪਾਂ ਉਹਦਾ ਕੋਈ ਇਲਾਜ ਸ਼ੁਰੂ ਕਰਾਂਗੇ। ਉਹ ਇੱਕ ਗਲਤ ਅਪਰੋਚ ਹੈ ਔਰ ਉਹ ਅਪਰੋਚ ਗਲਤ ਇਸ ਕਰਕੇ ਐਲੋਪੈਥੀ 'ਚ ਅਪਣਾਈ ਜਾਂਦੀ ਹੈ ਕਿਉਂਕਿ ਉੱਥੇ ਸਿਰਫ ਵਾਇਰਲ ਲੋਡ ਨੂੰ ਹੀ ਘਟਾਇਆ ਜਾ ਸਕਦਾ ਹੈ। ਇਸੇ ਕਰਕੇ ਜਦੋਂ ਆਪਾਂ ਪੇਸ਼ੈਂਟ ਦਾ ਇਲਾਜ ਸ਼ੁਰੂ ਕਰਦੇ ਹਾਂ ਪੇਸ਼ੈਂਟ ਦੇ ਮਨ 'ਚ ਵੀ ਹੁੰਦਾ ਵਾ ਕਿ ਮੈਂ ਅਗਰ ਕੋਈ ਇਲਾਜ ਕਰਵਾ ਰਿਹਾ ਹਾਂ ਤਾਂ ਮੇਰਾ ਵਾਇਰਲ ਲੋਡ ਜਿਹੜਾ ਉਹ ਇਮੀਡੀਏਟਲੀ ਘਟਣਾ ਸ਼ੁਰੂ ਹੋ ਜਾਵੇ। ਉਹ ਵਾਇਰਲ ਲੋਡ ਨੂੰ ਕੰਪੈਰੀਜ਼ਨ ਆਪਾਂ ਪੇਸ਼ੈਂਟ ਦਾ ਕਰਵਾਉਂਦੇ ਹਾਂ। ਲੇਕਿਨ ਜਿਹੜਾ ਦੂਜਾ ਇੰਪੋਰਟੈਂਟ ਟੈਸਟ ਹੈ ਜਿਹਦੇ ਕਰਕੇ ਪੇਸ਼ੈਂਟ ਸਾਡੇ ਕੋਲ ਆਇਆ ਹੁੰਦਾ ਵੈ ਉਹ ਹੈ ਜੀ HBSAG ਹੈਪੇਟਾਈਟਿਸ ਬੀ ਸਰਫੇਸ ਐਂਟੀਜਨ, ਜਿਹਨੂੰ ਕਿ ਆਸਟ੍ਰੇਲੀਆ ਐਂਟੀਜਨ ਵੀ ਕਹਿੰਦੇ ਹਾਂ। ਇਹੀ ਉਹ ਟੈਸਟ ਹੈ ਜਿਹੜਾ ਕਿ ਅਗਰ ਇਮੀਗ੍ਰੇਸ਼ਨ ਹੋਣੀ ਹੈ ਤਦ ਵੀ ਉਹਨਾਂ ਵੈ ਔਰ ਇਹੀ ਇਹ ਟੈਸਟ ਹੈ ਜਿਹੜਾ ਕਿ ਡਿਸਾਈਡ ਕਰਦਾ ਕਿ ਇੱਕ ਪੇਸ਼ੈਂਟ ਹੈਪੇਟਾਈਟਿਸ ਬੀ ਪੋਜ਼ਿਟਿਵ ਹੈ ਜਾਂ ਨਹੀਂ ਹੈ। ਇਹ ਦੋਨੋਂ ਹੀ ਟੈਸਟਾਂ ਦੇ ਲੈਵਲਸ ਹੁੰਦੇ ਨੇ। ਮੰਨ ਲਓ ਅੱਜ ਇੱਕ ਪੇਸ਼ੈਂਟ ਨੇ ਆਪਣਾ HBSAG ਟੈਸਟ ਕਰਵਾਇਆ, ਉਹਦੀ ਵੈਲਿਊ ਟੈਸਟ ਕਰਵਾਈ ਅਤੇ ਉਹ 100 ਆਇਆ। ਅਗਰ ਹੁਣ ਕੋਈ ਇਲਾਜ ਕਰਵਾ ਰਿਹਾ ਵੈ ਤਾਂ ਉਹ ਇਲਾਜ ਅੱਛਾ ਵੈ ਤਾਂ 100 ਤੋਂ 90 ਹੋਣਾ ਚਾਹੀਦਾ ਵੈ, 80 ਹੋਣਾ ਚਾਹੀਦਾ ਵੈ, ਘਟਣਾ ਚਾਹੀਦਾ ਵੈ, ਵਧਣਾ ਨਹੀਂ ਚਾਹੀਦਾ ਵੈ। ਇਸ ਲਈ ਜਦੋਂ ਆਪਾਂ ਆਯੁਰਵੇਦ ਨਾਲ ਕਿਸੇ ਦਾ ਇਲਾਜ ਕਰਦੇ ਹਾਂ ਆਪਾਂ ਨੂੰ ਡਾਈਟ ਦੇ ਬਾਰੇ 'ਚ ਗਾਈਡ ਕਰਦੇ ਹਾਂ, ਰੈਗੂਲਰਲੀ ਪ੍ਰਾਣਾਯਾਮ ਕਰਦੇ ਹਾਂ ਕਰਵਾਉਂਦੇ ਹਾਂ ਔਰ ਇਹਨਾਂ ਦੋਨਾਂ ਟੈਸਟਾਂ 'ਤੇ ਨਜ਼ਰ ਬਣਾ ਕੇ ਰੱਖਦੇ ਹਾਂ, ਹੌਲੀ ਹੌਲੀ ਕਰਕੇ ਪੇਸ਼ੈਂਟ ਰਿਕਵਰੀ ਦੇਖ ਪਾਉਂਦਾ ਅਤੇ ਇੱਕ ਸਟੇਜ 'ਤੇ ਆ ਕੇ ਹੈਪੇਟਾਈਟਿਸ ਫ੍ਰੀ ਲਾਈਫ ਜਿਹੜੀ ਉਹ ਜੀ ਪਾਉਂਦਾ। ਸੋ ਬਿਲਕੁਲ ਜੀ, ਗੱਲ ਕੀਤੀ ਅੱਜ ਹੈਪੇਟਾਈਟਿਸ ਦੀ, ਕਾਲਾ ਪੀਲੀਆ ਦੀ ਅਸੀਂ ਗੱਲ ਕੀਤੀ ਆ, ਜਿਹੜਾ ਕਿ ਕਿਹਾ ਜਾਂਦਾ ਸੀਗਾ ਕਿ ਲਾ ਇਲਾਜ ਹੈਗਾ ਇਹਦਾ, ਇਲਾਜ ਹੀ ਨਹੀਂ ਹੋ ਸਕਦਾ। ਸੋ ਉਹ ਆਡੀਅੰਸ ਨੂੰ ਦੱਸ ਦਈਏ ਕਿ ਆਯੁਰਵੇਦ ਦੇ ਵਿੱਚ ਉਹਦਾ ਇਲਾਜ ਵੀ ਸੰਭਵ ਹੈਗਾ ਆ। ਜੇਕਰ ਤੁਹਾਨੂੰ ਇੱਦਾਂ ਦੀ ਕੋਈ ਵੀ ਇਸ਼ੂ ਆ ਚੁੱਕਾ ਹੈ, ਕੋਈ ਪ੍ਰੋਬਲਮ ਆ ਚੁੱਕੀ, ਡਾਕਟਰਾਂ ਨੇ ਕਹਿ ਦਿੱਤਾ ਕਿ ਹੁਣ ਇਲਾਜ ਨਹੀਂ ਹੋ ਸਕਦਾ ਅਤੇ ਤੁਸੀਂ ਥੱਕ ਹਾਰ ਕੇ ਬੈਠ ਗਏ ਹੋ, ਤੁਸੀਂ ਸੋਚ ਰਹੇ ਪਤਾ ਨਹੀਂ ਹੁਣ ਕਿੰਨੀ ਕੁ ਜ਼ਿੰਦਗੀ ਮੇਰੀ ਬਚੀ ਹੈ ਕਿਉਂਕਿ ਟ੍ਰੀਟਮੈਂਟ ਤਾਂ ਹੈਗਾ ਨਹੀਂ ਹੈ। ਸੋ ਉਹਨਾਂ ਲਈ ਅੱਜ ਸਾਡੇ ਸ਼ੋਅ ਦੇ ਵਿੱਚ ਹੋਪ ਦੀ ਇੱਕ ਕਿਰਨ ਉਹਨਾਂ ਨੂੰ ਦਿਖੀ ਹੈਗੀ ਆ। ਤੁਸੀਂ ਆ ਸਕਦੇ ਹੋ ਡਾਕਟਰ ਨਵਦੀਪ ਸ਼ਰਮਾ ਜੀ ਦੇ ਕੋਲ, ਨੰਬਰ ਲਗਾਤਾਰ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰ ਲਓ, ਆਪਣੀ ਪ੍ਰੋਬਲਮ ਜਿਹੜੀ ਆ ਉਹਨੂੰ ਡਿਸਕਸ ਕਰੋ। ਬਾਕੀ ਸੈਂਟਰਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿਵੇਂ ਅਸੀਂ ਦੱਸਿਆ ਕਿ 31 ਸੈਂਟਰਸ ਹੈਗੇ ਨੇ ਇੰਡੀਆ ਦੇ ਵਿੱਚ, ਅਲੱਗ ਅਲੱਗ ਜਗ੍ਹਾ 'ਤੇ ਸੈਂਟਰਸ ਨੇ। ਜੇਕਰ ਇੰਡੀਆ ਦੇ ਵਿੱਚ ਤੁਸੀਂ ਆਉਣਾ ਆ ਜਾਂ ਤੁਹਾਡਾ ਕੋਈ ਆਪਣਾ ਰਿਲੇਟਿਵ ਰਹਿੰਦਾ ਹੈਗਾ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਇੱਥੇ ਤੁਸੀਂ ਵਿਜ਼ਿਟ ਕਰੋ। ਬਾਕੀ USA ਦੇ ਜਿਹੜੇ ਵਿਅਰਸ ਨੇ ਉਹਨਾਂ ਨੂੰ ਦੱਸ ਦਈਏ ਕਿ ਉੱਥੇ ਉਹਨਾਂ ਦੇ ਆਲਰੇਡੀ ਡਾਕਟਰ ਨਵਦੀਪ ਸ਼ਰਮਾ ਜੀ ਦੇ ਸੈਂਟਰਸ ਨੇ, ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ ਦੇ ਵਿੱਚ ਹੈਗਾ, ਸੀਐਟਲ ਦੇ ਵਿੱਚ ਹੈਗਾ, ਐਰੀਜ਼ੋਨਾ ਦੇ ਵਿੱਚ ਹੈਗਾ। ਇਹਦੇ ਐਡਰੈਸ ਜਿਹੜੇ ਨੇ ਤੁਸੀਂ ਜੋ ਨੰਬਰ ਲਗਾਤਾਰ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ। ਸੋ ਸ਼ੋਅ ਚੱਲ ਰਿਹਾ ਹੁਣ ਵੀ ਕਾਲ ਕਰੋ, ਇਸ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਸੋ ਸਰ ਥੈਂਕ ਯੂ ਸੋ ਮੱਚ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਤੁਸੀਂ ਆਡੀਅੰਸ ਦੇ ਨਾਲ ਸ਼ੇਅਰ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ।